ਕੌਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਨ। ਸਤਿ ਸ਼੍ਰੀ ਅਕਾਲ। ਅੱਜ ਉਰੇ ਅਸੀਂ ਸਾਰੇ ਇਕੱਠੇ ਹੋਏ ਹਾਂ ਇੱਕ ਸਭ ਤੋਂ ਬੜਾ ਮੁੱਦਾ ਦੁਨੀਆ ਦਾ ਲੈ ਕੇ, ਵਾਤਾਵਰਨ। ਤਾਂ ਸਾਨੂੰ ਇਹ ਮੀਟਿੰਗ ਦੇ ਦੌਰਾਨ ਕੁਛ ਸਿੱਟੇ ਕੱਢੇ ਨੇ। ਉਹ ਸਿੱਟਿਆਂ ਦੇ ਵਿੱਚ ਸਭ ਤੋਂ ਬੜਾ ਸਿੱਟਾ ਕੀ ਹੈ ਕਿ ਜੋ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਲੰਗਰ ਵਗੈਰਾ ਲੱਗਦੇ ਨੇ ਉਹਦੇ ਵਿੱਚ ਹੁੰਦੀ ਵੇਸਟੇਜ, ਉਹਦੇ ਵਿੱਚ ਸਭ ਤੋਂ ਜਿਵੇਂ ਕਿ ਕਈ ਤਰ੍ਹਾਂ ਦੀ ਵੇਸਟੇਜ ਹੁੰਦੀ ਹੈ, ਪਾਣੀ ਦੀ ਵੇਸਟੇਜ, ਖਾਣੇ ਦੀ ਵੇਸਟੇਜ ਤੇ ਜਿਹੜੀ ਵੀ ਉੱਥੇ ਲਗਜ਼ਰੀ ਯੂਜ਼ ਹੁੰਦੀ ਹੈ ਉਹਦੀ ਵੇਸਟੇਜ, ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਰੋਕ ਸਕਦੇ ਹਾਂ, ਇਸ ਦੇ ਕੁਝ ਨਤੀਜੇ ਕੱਢੇ ਨੇ। ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਸ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਆਪਾਂ ਸਾਰਿਆਂ ਨੇ ਮਿਲ ਕੇ ਯਤਨ ਕਰਨਾ ਕਿ ਗੁਰੂ ਘਰ ਦੇ ਵਿੱਚ ਜਿਹੜੀ ਹੈ ਇੱਕ ਛੋਟੀ ਜਿਹੀ ਪੋਸਟਰਸ ਰਾਹੀਂ ਆਪਾਂ ਐਗਜ਼ੀਬਿਸ਼ਨ ਲਗਾਉਣ ਜਾ ਰਹੇ ਹਾਂ, ਜਿਹਦੇ ਵਿੱਚ ਪਾਣੀ ਦੀ ਬੱਚਤ ਦੇ ਉੱਪਰ ਕੁਛ ਨਾ ਕੁਛ ਕੋਟਸ ਹੋਣਗੇ ਤੇ ਲੰਗਰ ਦੀ ਵੇਸਟੇਜ ਨਾ ਹੋਵੇ ਉਹਦੇ ਬਾਰੇ ਕੁਛ ਨਾ ਕੁਛ ਲਿਖਿਆ ਜਾਏਗਾ, ਜਿੱਥੋਂ ਕਿ ਸੰਗਤ ਸੇਧ ਲੈ ਕੇ ਲੋੜ ਅਨੁਸਾਰ ਲੰਗਰ ਵਰਤਾਇਆ ਜਾ ਸਕੇ ਤੇ ਸਟਾਇਰੋਫੋਮ ਦੀ ਯੂਜ਼ ਜਿਹੜੀ ਉੱਥੇ ਘਟੇ ਉਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਜਾਏਗੀ ਤੇ ਹੋਰ ਗੁਰੂ ਘਰ ਦੇ ਵਿੱਚ ਜਿਹੜੀ ਧਵਾਈ ਲਈ ਪਾਣੀ ਕੰਮ ਆਉਂਦਾ ਉਹ ਜਿਹੜੇ ਪਾਣੀ ਐਕਸੈਸ ਯੂਜ਼ ਹੋ ਜਾਂਦਾ ਚਾਹੇ ਉਹ ਭਾਂਡਿਆਂ ਲਈ ਜਾਂ ਫਲੋਰ ਦੀ ਜਿਹੜੀ ਵਾਸ਼ਿੰਗ ਹੈ ਉਹਦੇ ਲਈ ਵੀ ਇਨਫੋਰਮੇਸ਼ਨ ਜਿਹੜਾ ਉੱਥੇ ਦਿੱਤਾ ਜਾਏਗਾ। ਗੁਰੂ ਘਰ ਦੇ ਵਿੱਚ ਐਸਟੈਬਲਿਸ਼ ਕੀਤੇ ਜਾਣਗੇ ਜਿਹੜੇ ਪੋਸਟਰਸ ਨੇ ਤੇ ਫਰੇਮ ਕਰਾ ਕੇ ਖੂਬਸੂਰਤੀ ਦੇ ਨਾਲ। ਸੋ ਸਟੂਡੈਂਟਸ ਦਾ ਜਿਹੜਾ ਇਹ ਫੈਸਲਾ ਹੈ ਇਹਨਾਂ ਵੱਲੋਂ ਹੀ ਆਇਆ ਜਿਹੜਾ ਪ੍ਰਪੋਜ਼ਲ ਕਿ ਇਹਦਾ ਮਲਟੀਪਲ ਇਫੈਕਟ ਹੋਊਗਾ ਆਉਣ ਵਾਲੇ ਸਮੇਂ 'ਚ ਕਿ ਜਦੋਂ ਵੀ ਯੂਨੀਵਰਸਿਟੀ ਦੇ ਵਿੱਚ ਕੋਈ ਕੀਰਤਨ ਸਮਾਗਮ ਜਾਂ ਕੋਈ ਫੰਕਸ਼ਨ ਰੱਖਿਆ ਜਾਏਗਾ ਗੁਰੂ ਘਰ ਦੇ ਵਿੱਚ ਤੇ ਸੰਗਤ ਜਿਹੜੀ ਆਏਗੀ ਉਹਨੂੰ ਸਟੀਲ ਦੀਆਂ ਥਾਲੀਆਂ ਯੂਜ਼ ਕਰਨ ਲਈ ਯੂਨੋ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇਗਾ, ਪਾਣੀ ਦੀ ਬੱਚਤ ਲਈ ਵੀ ਪ੍ਰੇਰਿਤ ਕੀਤਾ ਜਾ ਸਕੇਗਾ ਤੇ ਫੂਡ ਦੀ ਵੇਸਟੇਜ ਨੂੰ ਆਪਾਂ ਕਿਵੇਂ ਘਟਾਉਣਾ ਲੰਗਰ ਵਰਤਾਉਂਦੇ ਸਮੇਂ ਉਹਦੇ ਲਈ ਵੀ ਪ੍ਰੇਰਨਾ ਕੀਤੀ ਜਾ ਸਕੇਗੀ। ਸੋ ਸਿੱਖ ਵਾਤਾਵਰਨ ਦਿਵਸ ਲਈ ਜਿਹੜੇ ਯੂਨੀਵਰਸਿਟੀ ਸਟੂਡੈਂਟਸ ਨੇ ਇਹ ਪਲਾਨ ਕੀਤਾ ਹੈ ਬੜਾ ਸ਼ਲਾਘਾਯੋਗ ਹੈ। ਆਈ ਕੰਗ੍ਰੈਚੁਲੇਟ ਤੇ ਮੈਂ ਇਹਨਾਂ ਦੇ ਲਈ ਅਰਦਾਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਕਿ ਸਾਰਾ ਪਲਾਨ ਆਪਣੇ ਬਲ ਬੂਤੇ ਦੇ ਉੱਪਰ ਤੇ ਆਪਣੀ ਯੂਨੀਵਰਸਿਟੀ ਦੇ ਡਿਪਾਰਟਮੈਂਟਸ ਤੋਂ ਕੋਆਪਰੇਸ਼ਨ ਲੈ ਕੇ ਉਹਨਾਂ ਦੀ ਇਜਾਜ਼ਤ ਲੈ ਕੇ ਇਹ ਕੰਮ ਨੂੰ ਨੇਪੜੇ ਚਾੜ ਸਕਣ। ਧੰਨਵਾਦ ਜੀ ਬਹੁਤ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।